अज दसांगा कि व्याह तो बाद औरतां दा भार क्यों वधदा है। मैरिज तो बाद इंसान की जिंदगी बिल्कुल बदल जाती है। हर व्यक्ति अपने शरीर नूं मेंटेन रखना पसंद करता है अते कई लोग तो इस बारे बहुत ही ज़्यादा चिंतित रहिंदे ने, किते ना किते वजन थोड़ा जिहा ना वध जावे। इसे करके बहुत सारे लोग डाइट की भी फॉलो करते हैं। इन्हां विचों अजिहे ने जिहड़े कि मतलब वर्कआउट करते हैं, डेली कसरत करते हैं ताकि उन्हों का शरीर मेनटेन रहे। लेकिन यहोजा की हो जाता है कि विआह तो बाद औरतों के वजन के वाधा होंदा है और कितना कितने जिहड़े मर्द लोग ने उन्होंने भी वजन वाधा होंदा है। दसिया जा रहा है कि सैक्स कारण नाल भी वजन वाधा होंदा है और तुसी कई इस संबंध में गल करते सुनिया भी होगा। तो आओ फिर आप एक गलबात करते हैं जी, सैक्स कारण नाल शरीर का वजन वाधा है जां नहीं। सैक्चुअल एक्टिविटी क्रियाशील होण कारण भार वधन विच ज़्यादा करके औरतां आम चर्चा का विषय बनिया रहिंदियां ने, पर इसका सीधा जवाब यह है क्योंकि सैक्स अते शरीर का भार वधना इन्हां दोहां का कोई भी संबंध नहीं है। दरअसल तुसीं इह जाण के हैरान होवोगे कि बहुत सारे सैक्स असल नाल भार घटण का कारण हुंदा है। ਵਿਆਹ ਤੋਂ ਬਾਅਦ ਕਈਆਂ ਔਰਤਾਂ ਦਾ ਵੱਧ ਜਾਂਦਾ ਹੈ ਵੇਟ ਤੇ ਕਈਆਂ ਔਰਤਾਂ ਦਾ ਘੱਟ ਜਾਂਦਾ ਹੈ। ਸੱਚ ਗੱਲ ਇਹ ਹੈ ਕਿ ਔਰਤਾਂ ਦੇ ਸਰੀਰ ਵਿੱਚ ਨਿਯਮਤ ਸੈਕਸ ਦੇ ਕਾਰਨ ਕੁਝ ਤਬਦੀਲੀਆਂ ਜ਼ਰੂਰ ਆ ਜਾਂਦੀਆਂ ਨੇ। ਬਹੁਤ ਜ਼ਿਆਦਾ ਮੋਟਾ ਹੋ ਜਾਣਾ, ਪੱਟਾਂ ਦਾ ਭਾਰ ਵੱਧ ਜਾਣਾ ਜਾਂ ਸਰੀਰ ਦੀ ਬਣਤਨ ਦੇ ਵਿੱਚ ਕੁਝ ਫਲਾਵਟ ਆ ਜਾਣੀ ਹੈ। ਅਕਸਰ ਅਜਿਹਾ ਕਿਉਂ ਹੁੰਦਾ ਹੈ? ਵਿਆਹ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਦਾ ਵੇਟ ਵੱਧ ਜਾਂਦਾ ਹੈ ਔਰ ਕਈਆਂ ਦਾ ਵੇਟ ਘੱਟ ਜਾਂਦਾ ਹੈ। ਔਰ ਆਮ ਜੇ ਆਪਾਂ ਸਰਵੇਖਣ ਕਰੀਏ ਤਾਂ ਕੁਛ ਨਾ ਕੁਛ ਖਾਣ ਪੀਣ ਵਧਣ ਕਾਰਨ ਵੀ ਇਹ ਅਜਿਹਾ ਹੋ ਸਕਦਾ ਹੈ। ਔਰ ਜੋੜੇ ਦੀ ਖਾਣ ਦੀ ਜਿਹੜੀ ਕੈਲਰੀ ਹੈ ਵਧੇਰੇ ਮਾਤਰਾ ਵਿੱਚ ਲੈਂਦੇ ਨੇ, ਇਕੱਠੇ ਖਾਣਾ ਪੀਣਾ ਪਸੰਦ ਕਰਦੇ ਨੇ ਜਿਸ ਨਾਲ ਸਰੀਰ ਦਾ ਵਜ਼ਨ ਵੀ ਵੱਧ ਜਾਂਦਾ ਹੈ। ਔਰ ਇੱਕ ਤੱਥ ਇਹ ਵੀ ਹੈ ਕਿ ਗਰਭ ਅਵਸਥਾ ਦੇ ਵਿੱਚ ਪ੍ਰੈਗਨੈਂਸੀ ਦੇ ਦੌਰਾਨ ਸਰੀਰ ਦੇ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਉਸ ਵੇਲਾ ਪ੍ਰੈਗਨੈਂਸੀ ਦੇ ਦੌਰਾਨ ਹਾਰਮੋਨ ਜਿਹੜੇ ਹੈ ਉਹ ਵੀ ਮਤਲਬ ਉਹਨਾਂ ਦੇ ਵਿੱਚ ਵੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਤੱਥ ਨੇ, ਸੈਕਸ ਭਾਰ ਘਟਾਉਣ ਦਾ ਕਾਰਨ ਬਣ ਸਕਦਾ ਹੈ। ਅਸੀਂ ਇਹ ਵੀ ਬਹੁਤ ਲੋਕਾਂ ਕੋਲ ਸੁਣਿਆ ਵੀ ਸੈਕਸ ਕਰਨ ਦੇ ਨਾਲ ਜਿਹੜਾ ਸਰੀਰ ਦਾ ਭਾਰ ਹੈ ਉਹਦੇ ਵਿੱਚ ਵੀ ਘੱਟ ਹੁੰਦਾ ਹੈ, ਸਰੀਰ ਦਾ ਭਾਰ ਘੱਟ ਜਾਂਦਾ ਹੈ। ਪਰ ਬਹੁਤ ਸਾਰਿਆਂ ਤੋਂ ਇਹ ਵੀ ਸੁਣਿਆ ਕਿ ਸੈਕਸ ਦੀ ਕੈਲਰੀ ਨੂੰ ਬਰਨ ਕਰਨ ਦੀ ਮਦਦ ਕਰਦਾ ਹੈ, ਜਿਸ ਨੂੰ ਇੱਕ ਤਰ੍ਹਾਂ ਦੀ ਕਸਰਤ ਨਾ ਕਾਰਨ ਆਪਾਂ ਕਈ ਤਰ੍ਹਾਂ ਦੀਆਂ ਗਲਤੀਆਂ ਕਰ ਲੈਂਦੇ ਹਾਂ। ਸੋ ਬੈੱਡ ਦੇ ਉੱਪਰ ਰੈਸਟ ਕਰਨਾ ਜਾਂ ਸਰੀਰ ਨੂੰ ਕਸਰਤ ਵਿੱਚ ਲਾਈ ਰੱਖਣਾ ਇਹ ਅਲੱਗ ਅਲੱਗ ਪੱਖ ਨੇ। ਤੁਸੀਂ ਜਿੰਨਾ ਜ਼ਿਆਦਾ ਬਿਸਤਰ 'ਤੇ ਐਕਟਿਵ ਰਹਿੰਦੇ ਹੋ ਉਨਾ ਹੀ ਤੁਹਾਡਾ ਭਾਰ ਘੱਟਦਾ ਹੈ। ਸਿਰਫ ਇਹੀ ਨਹੀਂ ਕਿ ਸੈਕਸ ਤੁਹਾਡੇ ਦਿਲ ਦੀ ਅਤੇ ਸਿਹਤ ਲਈ ਚੰਗਾ ਹੈ। ਜਦੋਂ ਤੁਸੀਂ ਸੈਕਸ ਕਰਦੇ ਹੋ ਤਾਂ ਤੁਹਾਡੇ ਦਿਲ ਦੀ ਗਤੀ ਪ੍ਰਤੀ ਮਿੰਟ 120 ਤੋਂ 130 ਬੀਟ ਤੱਕ ਪਹੁੰਚ ਜਾਂਦੀ ਹੈ ਅਤੇ ਪੌੜੀਆਂ ਦੀਆਂ 2 ਤੋਂ 3 ਫਲਾਈਟਸ ਦੇ ਬਰਾਬਰ ਹੁੰਦਾ ਹੈ। ਸੋ ਇਹ ਅਕਸਰ ਹੁੰਦਾ ਹੈ ਕਿ ਸੈਕਸ ਤੋਂ ਬਾਅਦ ਹੀ ਜਿਹੜਾ ਔਰਤ ਦੇ ਸਰੀਰ ਵਿੱਚ ਵਾਧਾ ਹੁੰਦਾ ਹੈ। ਕਈਆਂ ਦਾ ਵੱਧ ਜਾਂਦਾ ਵੇਟ ਔਰ ਕਈਆਂ ਦਾ ਘੱਟ ਜਾਂਦਾ ਹੈ। ਬਿਊਰੋ ਰਿਪੋਰਟ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ